ਤੁਸੀਂ ਦੇਖ ਰਹੇ ਹੋ ਜੀ ਅੰਬੇਡਕਰ ਮਿਸ਼ਨ ਨਿਊਜ਼ ਚੈਨਲ ਹਿੰਮਤ ਸੱਚ ਦਿਖਾਉਣ ਦੀ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਗੁਰਬਾਣੀ ਦੀਆਂ ਇਹ ਸਤਰਾਂ ਧੂਰੇ ਦੀ ਰਹਿਣ ਵਾਲੀ ਰਵੀਨਾ ਤੇ ਬਿਲਕੁਲ ਸਹੀ ਟੁਕਦੀਆਂ ਹਨ। ਰਵੀਨਾ ਇੱਕ ਬਹੁਤ ਹੀ ਗਰੀਬ ਘਰ ਦੀ ਧੀ ਹੈ ਜਿਸ ਨੇ ਪੜ੍ਹਾਈ ਵਿੱਚ ਹੁਸ਼ਿਆਰ ਹੋਣ ਕਾਰਨ ਅੱਜ ਉਹ ਅਮਰੀਕਾ ਦੀ ਵੱਡੀ ਯੂਨੀਵਰਸਿਟੀ ਵਿੱਚ ਪੜ੍ਹਾਈ ਕਰ ਰਹੀ ਹੈ। ਜਿਸ ਦੇ ਚੱਲਦਿਆਂ SSP ਸੰਗਰੂਰ ਮਨਦੀਪ ਸਿੰਘ ਸਿੱਧੂ ਨੇ ਵਿਸ਼ੇਸ਼ ਤੌਰ ਤੇ ਰਵੀਨਾ ਦੇ ਮਾਤਾ ਪਿਤਾ ਨੂੰ ਸਨਮਾਨਿਤ ਕੀਤਾ। ਜ਼ਿਕਰਯੋਗ ਹੈ ਰਵੀਨਾ ਇੱਕ ਯੋਗੀ ਪਰਿਵਾਰ ਵਿੱਚੋਂ ਹੈ ਅਤੇ ਉਸਦੇ ਮਾਤਾ ਪਿਤਾ ਫੇਰੀ ਲਗਾ ਕੇ ਆਪਣਾ ਗੁਜ਼ਰ ਬਸਰ ਕਰਦੇ ਹਨ। ਰਵੀਨਾ ਤੋਂ ਇਲਾਵਾ ਰਵੀਨਾ ਦੀਆਂ 5 ਭੈਣਾਂ ਅਤੇ 1 ਭਰਾ ਹੈ। ਰਵੀਨਾ ਦੇ ਮਾਤਾ ਪਿਤਾ ਨੇ ਆਪਣੇ ਕਬੀਲੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਬੱਚਿਆਂ ਨੂੰ ਵੱਧ ਤੋਂ ਵੱਧ ਪੜ੍ਹਾਇਆ ਜਾਵੇ ਤਾਂ ਜੋ ਇੱਕ ਚੰਗੀ ਜ਼ਿੰਦਗੀ ਬਤੀਤ ਕਰ ਸਕਣ। ਦੇਖੋ ਪੂਰੀ ਖਬਰ ਅੰਬੇਡਕਰ ਮਿਸ਼ਨ ਨਿਊਜ਼ ਚੈਨਲ ਤੇ। ਕੈਮਰਾਮੈਨ ਰਣਜੀਤ ਸਿੰਘ ਦੇ ਨਾਲ ਕੁਲਦੀਪ ਸੁੱਗੂ ਦੀ ਖਾਸ ਰਿਪੋਰਟ। ਪੰਜਾਬ ਦੀ ਹਰ ਤਰ੍ਹਾਂ ਦੀ ਖਬਰ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਨਾਲ ਤੁਸੀਂ ਦੇਖ ਰਹੇ ਹੋ ਅੰਬੇਡਕਰ ਮਿਸ਼ਨ ਨਿਊਜ਼ ਚੈਨਲ ਹਿੰਮਤ ਸੱਚ ਹੋਣ ਦੀ। ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਕਹਾਣੀ ਤੋਂ ਰੂਬਰੂ ਕਰਾਵਾਂਗੇ ਜਿਹੜੀ ਕਿ ਬੱਚਿਆਂ ਲਈ ਇੱਕ ਪ੍ਰੇਰਣਾ ਸਰੋਤ ਬਣੇਗੀ। ਗੁਰਬਾਣੀ ਦੀ ਇੱਕ ਤੁਕਾ ਨੇ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ, ਉਸ ਤੁਕਾ ਨੂੰ ਸੱਚ ਕਰ ਦਿਖਾਇਆ। ਧੂਰੀ ਦੀ ਇੱਕ ਲੜਕੀ ਜਿਹੜੀ ਕਿ ਬਹੁਤ ਹੀ ਗਰੀਬ ਪਰਿਵਾਰ 'ਚੋਂ ਉੱਠੀ, ਅੱਜ ਉਹ ਅਮੈਰੀਕਾ ਦੇ ਵਿੱਚ ਪੜ੍ਹ ਰਹੀ ਆ। ਨਾਮ ਹੈ ਰਵੀਨਾ। ਅਸੀਂ ਅੱਜ ਤੁਹਾਨੂੰ ਉਸ ਪਰਿਵਾਰ ਨਾਲ ਮਿਲਾਵਾਂਗੇ ਵੀ ਕਿਵੇਂ ਰਵੀਨਾ ਨੇ ਪੜ੍ਹਾਈ ਸ਼ੁਰੂ ਕੀਤੀ, ਕਿੱਥੋਂ ਅੱਜ ਉਹ ਕਿੱਥੇ ਪਹੁੰਚ ਗਈ ਆ। ਸਾਡੇ ਨਾਲ ਰਵੀਨਾ ਦੇ ਬਾਪੂ ਮੌਜੂਦ ਨੇ, ਉਹਨਾਂ ਗੱਲਬਾਤ ਕਰਾਂਗੇ। ਬਾਪੂ ਜੀ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਪੂ ਜੀ, ਕੀ ਕੰਮ ਕਰਦੇ ਹੋ? ਕੰਮ ਕੀ ਕਰਨਾ, ਕੰਮ ਤਾਂ ਅਸੀਂ ਜੜੀ ਬੂਟੀ ਦਾ ਵੀ ਕਰਨੇ ਆ, ਲਾਜ ਪੱਤਾ ਵੀ ਕਰ ਦਿੰਦੇ ਹਾਂ। ਕਿਸੇ ਨੂੰ ਭੂਤ ਪ੍ਰੇਤ ਚਿੰਬੜਿਆ ਦਾ ਹੋਵੇ ਜਾਂ ਕਿਸੇ ਦੇ ਕੋਈ ਉਹ ਵੀ ਬਾਹਰ ਦੀ ਕਸਰ ਹੋਵੇ, ਇਹੋ ਜਿਹਾ ਕੰਮ ਵੀ ਕਰਨੇ ਆ। ਦਵਾਈ ਬੂਟੀ ਦਾ ਵੀ ਕੰਮ ਕਰਨੇ ਆ, ਮੰਗ ਫਿਰ ਕੇ ਆਪਣਾ ਟਾਈਮ ਪਾਸ ਕਰ ਲੈਂਦੇ ਹਾਂ। ਅੱਛਾ, ਜੇਕਰ ਰਵੀਨਾ ਉਹਨਾਂ ਦੀ ਗੱਲ ਕੀਤੀ ਜਾਵੇ, ਕਿੰਨੇ ਭੈਣ ਭਰਾ ਨੇ ਉਹ? ਭੈਣ ਭਰਾ ਮੇਰੀਆਂ 7 ਤਾਂ ਲੜਕੀਆਂ ਨੇ, ਇੱਕ ਮੁੰਡਾ ਹੈ। 7 ਲੜਕੀਆਂ ਦੇ ਵਿੱਚੋਂ 6 ਵਿਆਹੀਆਂ ਹੋਈਆਂ ਨੇ ਵੱਡੀਆਂ। ਛੋਟੀ ਉਹ ਪੜ੍ਹ ਕੇ ਨੇਪਾਲ 'ਚ ਪੜ੍ਹਾਈ ਹੈ ਉਹਨੂੰ, ਕਾਠਮਾਂਡੂ ਪੜ੍ਹਾ ਕੇ ਉਹਦੀ ਕਿਸਮਤ ਲਿਖੀ। ਫਿਰ ਥਾਈਲੈਂਡ ਚਲੀ ਗਈ 1-2 ਵਾਰ, 3 ਵਾਰ। ਫਿਰ ਥਾਈਲੈਂਡ ਦੇ ਬਾਅਦ ਇੱਥੋਂ ਵੀਜ਼ਾ ਕਰਾ ਕੇ ਫਿਰ ਉਹ ਅਮਰੀਕਾ ਚਲੀ ਗਈ। ਅੱਛਾ, ਅੱਜ ਜਦੋਂ ਤੁਹਾਨੂੰ ਵੱਡੇ ਅਫਸਰ, ਪਰਸੋਂ ਤੁਹਾਨੂੰ SSP ਸਾਹਿਬ ਨੇ, ਸਿੱਧੂ ਸਾਹਿਬ ਨੇ ਸਨਮਾਨਿਤ ਕੀਤਾ, ਤਾਂ ਹੋਰ ਵੀ ਵੱਖ ਵੱਖ ਸੰਸਥਾਵਾਂ ਵੱਲੋਂ ਆ ਕੇ ਤੁਹਾਨੂੰ ਵਧਾਈ ਦਿੱਤੀ ਜਾਂਦੀ ਆ, ਤਾਂ ਕਿੰਨੀ ਕੁ ਖੁਸ਼ੀ ਮਹਿਸੂਸ ਹੁੰਦੀ? ਸਾਨੂੰ ਜੀ ਬਹੁਤ ਵੱਡੀ ਖੁਸ਼ੀ ਹੈ। ਲੱਗਦਾ ਵੀ ਅੱਜ ਕੁੜੀ ਨੇ ਸਾਨੂੰ ਉਸ ਜਗ੍ਹਾ ਬਿਠਾਤਾ ਵੀ ਜਿਹੜਾ ਕਦੇ ਸੋਚਿਆ? ਸਾਡੀ ਇੱਜ਼ਤ, ਸਾਡੇ ਪਿੰਡ ਦੀ ਇੱਜ਼ਤ, ਸਾਡੇ ਜੋਗੀਆਂ ਦੀ ਬਲਾਦਰੀ, ਜਿੰਨੀ ਵੀ ਬਲਾਦਰੀ, ਛੋਟੀ ਬਲਾਦਰੀ ਹੈ, ਅਸੀਂ ਤਾਂ ਇੰਨਾ ਹੀ ਕਹਿੰਦੇ ਹਾਂ ਆਪਣੇ ਬੱਚਿਆਂ ਨੂੰ ਪੜ੍ਹਾਓ ਲਿਖਾਓ, ਅੱਛੇ ਨਹਾਉਣਾ ਧੋਣਾ, ਸਾਫ਼ ਸਫਾਈ ਰੱਖੋ, ਔਰ ਪੜ੍ਹੋ ਲਿਖੋ, ਅੱਛੇ ਕੰਮ ਕਰਕੇ ਦਿਖਾਓ। ਅੱਛਾ, ਜਦੋਂ ਰਵੀਨਾ ਬਚਪਨ ਦੇ ਵਿੱਚ ਕਹਿੰਦੀ ਸੀ ਵੀ ਮੈਨੇ ਪੜ੍ਹਨਾ, ਤਾਂ ਤੁਹਾਨੂੰ ਇਹ ਨਹੀਂ ਸੀ ਲੱਗਦਾ ਵੀ ਯਾਰ ਆਪਣੀ ਬਰਾਦਰੀ ਪੜ੍ਹਦੀ ਲਿਖਦੀ ਨਹੀਂ? ਤਾਂ ਤੁਸੀਂ ਕਿਵੇਂ ਸੋਚਿਆ ਵੀ ਇਹਨੂੰ ਪੜ੍ਹਾਉਣਾ ਹੀ ਆ? ਉਹ ਬਥੇਰੀਆਂ ਟਿਚਰਾਂ ਮਖੌਲਾਂ ਵੀ ਕਰਦੇ ਸੀ ਲੋਕ, ਕਹਿੰਦੇ ਸੀ ਵੀ ਇਹ ਕਿਹੜਾ ਮੇਮ ਸਾਹਿਬ ਬਣੂਗੀ, ਇਹਨੂੰ ਕਿਉਂ ਪੜ੍ਹਾ ਰਿਹਾ? ਚਲੋ ਪੜ੍ਹਦੀ ਹੈ ਤਾਂ ਆਪਣਾ, ਚਲੋ ਅਗਲੇ ਜ਼ਮਾਨਾ ਹੁਣ ਥੋੜ੍ਹਾ ਜਿਹਾ ਨਵੀਂ ਦੁਨੀਆ ਬਦਲ ਗਈ, ਪੜ੍ਹ ਲਿਖ ਕੇ ਆਪਣਾ ਘਰ ਦਾ ਕੋਈ ਥੋੜ੍ਹਾ ਬਹੁਤਾ ਪੜ੍ਹਾਈ ਲਿਖਾਈ ਇਹ ਕੁਛ ਨਾ ਕੁਛ ਸਮਝੇਗੀ ਤਾਂ ਸਹੀ ਥੋੜ੍ਹਾ ਬਹੁਤਾ। ਅੱਛਾ, ਜੇਕਰ ਪੈਸਿਆਂ ਦੀ ਗੱਲ ਕੀਤੀ ਹੈ, ਬਾਹਰਲੇ ਮੁਲਕਾਂ ਦੇ ਵਿੱਚ ਭੇਜਣ ਨੂੰ ਬਹੁਤ ਪੈਸੇ ਲੱਗਦੇ ਨੇ, ਅਮਣ ਮੱਤੇ ਪੈਸੇ ਲੱਗਦੇ ਨੇ, ਜਿਹੜੇ ਕਿ ਆਪਣੀ ਪਹੁੰਚ ਤੋਂ ਬਾਹਰ ਸੀ, ਉਹ ਪੈਸਿਆਂ ਦਾ ਜਿਹੜਾ ਪ੍ਰਬੰਧ ਸੀ ਉਹ ਰਵੀਨਾ ਨੇ ਖੁਦ ਆਪਦੀ ਮਿਹਨਤ ਨਾਲ ਕੀਤਾ ਜਾਂ ਕਿਵੇਂ ਪ੍ਰਬੰਧ ਹੋਇਆ? ਉਹ ਆਪਣਾ ਉਸੇ ਜੀ ਕੰਮ ਕਰਦੀ ਸੀ, ਆਪਣਾ ਥੋੜ੍ਹਾ ਬਹੁਤਾ ਪੜ੍ਹਦੀ ਵੀ ਸੀ, ਪੜ੍ਹਾਈ ਵੀ ਕਰਦੀ ਸੀ, ਜਿਹੜਾ ਸਾਡੇ ਕੁੜੀਆਂ ਹੋਰ ਵੀ ਛੋਟੀਆਂ ਘਰ ਦੇ ਕੰਮ ਕਰਦੇ, ਛੋਟਾ ਸੀ ਕਾਰੋਬਾਰ ਸੀ ਛੋਟਾ ਮੋਟਾ, ਉਹ ਬਣਾ ਕੇ ਅਸੀਂ ਉਹ ਕੁੜੀ ਕੋਰੀਏ ਨਾਲ ਮਿਲੇ ਕੇ ਉਹ ਅੱਗੇ ਸਲਫਾਈ ਕਰਦੇ ਸੀ। ਰਵੀਨਾ ਨੇ ਜਿਹੜੀ ਪੜ੍ਹਾਈ ਆ ਉਹ ਕਿੱਥੋਂ ਕੀਤੀ ਹੈ? ਨੇਪਾਲ 'ਚੋਂ ਪੜ੍ਹੀ ਹੈ 12 ਪਾਸ ਕਰਕੇ, ਫਿਰ ਸਾਲ ਉੱਤੇ ਹੋਰ ਵੀ ਪੜ੍ਹਾਈ ਕੀਤੀ, ਇੱਦਾਂ ਘੁੰਮ ਫਿਰ ਕੇ ਗਰੁੱਪ 'ਚ ਕੀਤੀ ਕਿੱਦਾਂ ਕਰਕੇ, ਫਿਰ ਪੜ੍ਹਾਈ ਕੀਤੀ, ਪੜ੍ਹਾਈ ਕਰਕੇ ਫਿਰ ਉੱਥੋਂ ਥਾਈਲੈਂਡ ਗਈ 3 ਵਾਰ, ਫਿਰ ਉਹਦਾ ਫਿਰ ਇੱਥੋਂ ਆਇਆ ਅਮਰੀਕਾ ਦਾ ਹੀ ਉਹ ਜਿਹੜਾ ਪੜ੍ਹਾਉਂਦਾ ਲਿਖਾਉਂਦਾ ਬੱਚਿਆਂ ਨੂੰ ਪੈਸਾ ਖਰਚਦਾ, ਉਹ ਫਿਰ ਉਹ ਦਿੱਲੀ ਲੈ ਗਿਆ, ਦਿੱਲੀ ਉਹ ਅਸੀਂ ਵੀਜ਼ਾ ਕਰਾ ਕੇ ਉਹ ਫਿਰ ਸਿੱਧੀ ਅਮਰੀਕਾ ਚਲੀ ਗਈ। ਅੱਜ ਬਾਪੂ ਜਦੋਂ ਜਿਹੜੀ ਬਰਾਦਰੀ ਤੁਹਾਨੂੰ ਤਾਨੇ ਮਿਹਣੇ ਮਾਰਦੀ ਸੀ, ਅੱਜ ਜਦੋਂ ਗੁੜੀਆ ਅਮਰੀਕਾ ਬੈਠੀ, ਅੱਜ ਉਹੀ ਬਰਾਦਰੀ ਵਧਾਈ ਦਿੰਦੀ ਹੈ ਜਾਂ ਕੀ ਕਹਿੰਦੀ ਹੈ? ਉਹ ਤਾਂ ਜੀ ਵਧਾਈ ਦਾ ਕੀ ਦੇਣੀ, ਉਹਦਾ ਉਲਟਾ ਹੀ ਦੇਖਦੇ ਨੇ। ਕਿਵੇਂ ਉਲਟਾ? ਉਲਟਾ ਇਹੀ ਹੈ ਵੀ ਉਹ ਅਸੀਂ ਤਾਂ ਚੰਗਾ ਹੀ ਕਹਿੰਦੇ ਹਾਂ ਵੀ ਕੋਈ ਪੜ੍ਹੋ ਲਿਖੋ, ਆਪਣੇ ਬੱਚਿਆਂ ਨੂੰ ਚੰਗੇ ਰਸਤੇ ਪਾਓ। ਸਾਡੇ ਤਾਂ ਇੱਥੇ ਬਥੇਰਾ ਮੈਂ ਵਧਾਈਆਂ ਵੀ ਕੀਤੀਆਂ,
ਇੱਥੇ ਸਾਡੇ ਮੈਂਬਰ ਸਿੰਬਰ ਗਏ ਬਣੇ ਹੋਏ ਪਿੰਡ ਦੇ, ਉਹਨਾਂ ਨੂੰ ਬੁਲਾਉਣੇ ਨੇ ਵੀ ਗਿਆ ਦੋ ਵਾਰ, ਮੈਂ ਵੀ ਗਿਆ, ਮੇਰੇ ਘਰ ਦੇ ਵੀ ਗਏ, ਇੱਥੇ ਆਉਣ ਨੂੰ ਖੁਸ਼ੀ ਨਹੀਂ ਕਰਦੇ ਉਹ। ਅਤੇ ਹੁਣ ਜਿਹੜੀ ਤੁਹਾਡੀ ਦੂਜੀ ਬਰਾਦਰੀ ਦੇ ਬੱਚੇ ਆ, ਤੁਸੀਂ ਉਹਨਾਂ ਨੂੰ ਕੀ ਸੁਨੇਹਾ ਲਾਓ? ਬਸ ਅਸੀਂ ਵੀ ਕਹਿੰਦੇ ਵੀ ਪੜ੍ਹਨ ਲਿਖਣ, ਹੋਰ ਵੀ ਇੱਥੇ ਕੱਲ੍ਹ ਵੀ ਬੱਚੇ ਆਏ ਹੋਏ ਸੀ, ਉਹਨਾਂ ਨੂੰ ਵੀ ਕਿਹਾ ਵੀ ਤੁਸੀਂ ਪੜ੍ਹੋ ਲਿਖੋ, ਜੇ ਹਜ਼ਾਰ ਬਿਨਾਂ ਕੰਮ ਕੀਤਾ ਤੁਸੀਂ ਮੀਰ ਬਿਨਾਂ ਵਰਗੇ ਬਣ ਕੇ ਦਿਖਾਓ। ਕਿੰਨੀ ਕੁ ਖੁਸ਼ੀ ਮਹਿਸੂਸ? ਸਾਨੂੰ ਤਾਂ ਜੀ ਬਾਹਲੀ ਖੁਸ਼ੀ ਹੈ, ਸਾਡੇ ਤਾਂ ਪਰਿਵਾਰ ਨੂੰ ਜਿੰਨਾ ਵੀ ਸਾਡਾ ਪਰਿਵਾਰ ਹੈ ਸਾਨੂੰ ਤਾਂ ਬਾਹਲੀ ਖੁਸ਼ੀ ਹੈ। ਸਾਡੇ ਨਾਲ ਰਵੀਨਾ ਦੀ ਮਾਤਾ ਵੀ ਹੈ, ਮਾਤਾ ਤੋਂ ਵੀ ਪੁੱਛਾਂਗੇ ਵੀ ਕਿਵੇਂ ਘਰ ਦੇ ਹਾਲਾਤ ਸੀ, ਕਿੱਦਾਂ ਹਾਲਾਤਾਂ ਦੇ ਵਿੱਚੋਂ ਪੜ੍ਹ ਕੇ ਰਵੀਨਾ ਜੀ ਇਸ ਮੁਕਾਮ ਤੱਕ ਪਹੁੰਚੀ ਆ। ਮਾਤਾ ਪਹਿਲਾਂ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮਾਤਾ। ਜੇਕਰ ਘਰ ਦੇ ਹਾਲਾਤਾਂ ਦੀ ਗੱਲ ਕੀਤੀ ਜਾਵੇ ਤਾਂ ਕਿਹੋ ਜਿਹੇ ਨੇ ਘਰ ਦੇ? ਸਾਡੇ ਤਾਂ ਜੇ ਬਹੁਤ ਬੁਰੇ ਹਾਲਤ ਸੀ, ਜੇ ਵਿਚਾਰਾ ਬਾਬਾ ਸਾ ਇਕੱਲਾ ਜਾਣਾ, ਛੋਟੀਆਂ ਛੋਟੀਆਂ ਕੁੜੀਆਂ ਸੀਗੀਆਂ ਮੇਰੇ ਕੋਲ, ਬਸ ਜੇ ਕਿਤੇ ਰੋਟੀ ਮਿਲਦੀ ਸੀ ਕਿਤੇ ਨਹੀਂ ਮਿਲਦੀ ਸੀ ਬਸ। ਇੰਨੀ ਗਰੀਬੀ ਦੇ ਵਿੱਚੋਂ ਬੱਚਿਆਂ ਨੂੰ ਪੜ੍ਹਾ ਕੇ ਅੱਜ ਅਮਰੀਕਾ ਬੈਠੀ ਹੈਗੀ ਤਾਂ ਕਿਵੇਂ ਲੱਗਦਾ? ਬਹੁਤ ਮੈਨੂੰ ਬਹੁਤ ਬਹੁਤ ਖੁਸ਼ੀ ਹੈ। ਰਵੀਨਾ ਜਦੋਂ ਹੁਣ ਫੋਨ 'ਤੇ ਗੱਲ ਹੁੰਦੀ ਆ ਤਾਂ ਤੁਸੀਂ ਦੱਸ ਦਿਓ ਵੀ ਇੰਨਾ ਮਾਨ ਸਨਮਾਨ ਮਿਲੇ? ਹਾਂ ਉਹਨੂੰ ਸਾਰਾ ਹੀ ਪਤਾ ਹੈ, ਬਹੁਤ ਉਹ ਵੀ ਬਹੁਤ ਖੁਸ਼ੀ ਹੈ। ਅਤੇ ਹੁਣ ਭਵਿੱਖ ਵਿੱਚ ਕੀ ਆਸਾਂ ਨੇ ਬੱਚਿਆਂ ਤੋਂ? ਕਿਵੇਂ ਕੀ ਬੱਚਿਆਂ ਤੋਂ ਆਸਾਂ ਕੀ ਨੇ ਹੁਣ ਭਵਿੱਖ ਦੇ ਵਿੱਚ ਰਵੀਨਾ ਤੋਂ? ਆਸਾਂ ਕੀ ਗਈਆਂ ਆਪਣੇ, ਉਹ ਵੀ ਲਿਖਣ ਪੜ੍ਹਨ ਪੜ੍ਹਾਉਣ, ਅਗਲੇ ਬੱਚਿਆਂ ਨੂੰ ਅੱਗੇ ਵਧਾਉਣ। ਹੈਂ ਅਸੀਂ ਤਾਂ ਅਨਪੜ੍ਹ ਹੋ ਹੀ ਕਹਿ ਦੇ ਹਾਂ, ਆਪਣੇ ਬੱਚਿਆਂ ਨੂੰ ਅੱਛਾ ਬਣਾਉਣਾ, ਪੜ੍ਹ ਕੇ ਸਹੀ ਕਹਿ ਦੀਆਂ। ਫੋਟੋਆਂ ਦਿਖਾ ਰਹੇ ਸੀ, ਰਵੀਨਾ ਆਪ ਪੜ੍ਹਦੀ ਵੀ ਸੀ ਅਤੇ ਨਾਲ ਕਹਿੰਦੇ ਗਰੀਬ ਬੱਚਿਆਂ ਨੂੰ ਪੜ੍ਹਾਉਂਦੀ ਵੀ ਸੀ, ਉਹ ਕੀ ਗੱਲ ਆ ਪੂਰੀ ਦੱਸੋ। ਹਾਂਜੀ ਉਹ ਕੀ ਨਾਂ ਲੈਂਦੇ ਗਏ ਤੈਨੂੰ ਦੱਸਿਆ ਨਹੀਂ, ਜੋ ਜਿਹੜੀਆਂ ਮੈਂ ਜੁੱਲੀਆਂ ਸਿੰਦੀ ਸੀ ਉਹ ਜੁੱਲੀਆਂ ਦੇ ਪੈਸੇ ਨਹੀਂ ਸੀ ਲੈਂਦੇ ਸੀ, ਉਹਦੇ ਨਾਲ ਹੀ ਪੜ੍ਹਾਉਂਦੇ ਸੀ ਬੱਚਿਆਂ ਨੂੰ। ਅੱਛਾ, ਉਹਦੇ ਨਾਲ ਹੀ ਬੱਚਿਆਂ ਨੇ ਰਵੀਨਾ ਨੂੰ ਪੜ੍ਹਾਈ ਗਏ। ਅਤੇ ਅਮੈਰੀਕਾ ਗਈ ਨੂੰ ਕਿੰਨਾ ਸਾਲ ਹੋ ਗਿਆ? ਤਿੰਨ ਸਾਲ। ਅਤੇ ਹੁਣ ਇੱਕ ਗੱਲ ਹੋਰ ਦੱਸੋ, ਜਦੋਂ ਹੁਣ ਘਰ ਦਾ ਗੁਜ਼ਾਰਾ ਹੁਣ ਵੀ ਕਿਵੇਂ ਚੱਲਦਾ ਉਹ ਦੱਸੋ? ਹੁਣ ਵੀ ਬੈਠੀ ਬਿਠਾ ਕੇ ਬੁੜਾ ਜਾਂਦਾ ਤਾਂ ਖਾਂਦੇ ਹਾਂ, ਹੋਰ ਕੀ ਹੈ। ਬੁੜਾ ਕਿੱਥੇ ਜਾਂਦਾ? ਨਹੀਂ ਬੁੜਾ ਹੀ ਜਾਂਦਾ ਵਾ, ਉਹ ਹੀ ਲਿਆ ਕੇ ਦਿੰਦਾ, ਫਿਰ ਇੱਥੇ ਜਾਂਦਾ, ਬਾਬਾ ਬਣ ਕੇ ਜਾਂਦਾ, ਹੋਰ ਕੀ ਕਹਾਂ ਮੈਂ। ਅਤੇ ਹੁਣ ਬੀਬੀ ਠੀਕ ਆ, ਹੁਣ 5 ਸਾਲ ਦਾ ਵੀਜ਼ਾ ਲੱਗਿਆ ਸੀ ਗੁੜੀਆ ਦਾ, ਅਤੇ ਹੁਣ ਉਹ ਉੱਧਰ ਹੀ ਰਹੇਗੀ ਜਾਂ ਇੱਧਰ ਆਏਗੀ, ਕੀ ਕਹਿੰਦੀ ਉਹ ਦੱਸ ਰਹੀ ਹੋ ਕੁਛ ਫੋਨ 'ਤੇ? ਜਦੋਂ ਦੇਖਾਂਗੇ, ਜਦੋਂ ਦੀ ਪੜ੍ਹਾਈ ਪੂਰੀ ਹੋ ਗਈ, ਜਦੋਂ ਉਹਦੀ ਪੜ੍ਹਾਈ ਪੂਰੀ ਹੋ ਗਈ ਦੇਖੇਗਾ, ਜੋ ਕੋਈ ਹੋਰ ਪੜ੍ਹੇਗੀ ਤਾਂ ਉਹਦੀ ਇੱਛਾ, ਜੇ ਇੱਧਰ ਆਏਗੀ ਤਾਂ ਉਹਦੀ ਇੱਛਾ, ਹੋਰ ਕੀ। ਅਤੇ ਇੱਕ ਗੁੜੀਆ ਵੀ ਆ ਸਾਡੇ ਨਾਲ, ਰਵੀਨਾ ਦੀ ਉਹ ਭਾਣਜੀ ਆ। ਗੁੜੀਆ ਉਰੇ ਪੁੱਤਰ, ਤੁਸੀਂ ਆਪਦੀ ਬਰਾਦਰੀ ਦੇ ਜਿਹੜੇ ਬੱਚੇ ਨੇ ਤੁਸੀਂ ਵੀ ਪੜ੍ਹ ਰਹੇ ਹੋ, ਕਿਹੜੀ ਕਲਾਸ 'ਚ ਪੜ੍ਹਦੇ ਹੋ? ਸਰ ਮੇਰੀ 10th ਕੰਪਲੀਟ ਹੋ ਗਈ, ITI ਮੇਰੀ ਕੀਤੀ ਹੋਈ ਆ ਸਰ। ਹੁਣ ਮੇਰੀ ਮਾਸੀ ਜੀ ਤੋਂ ਬਹੁਤ ਮਾਣ ਹੈ ਮੈਨੂੰ ਵੀ ਉਹ ਛੋਟੇ ਜਿਹੇ ਗਏ ਸੀਗੇ, ਸਾਡਾ ਘਰ ਦਾ ਬਹੁਤ ਗੰਦੇ ਹਾਲਾਤ ਸੀਗੇ, ਸਾਨੂੰ ਮੇਰੀ ਨਾਨਾ ਨਾਨੀ ਜੀ ਨੂੰ ਉਮੀਦ ਨਹੀਂ ਸੀਗੀ ਵੀ ਮੇਰੀ ਮਾਸੀ ਜੀ ਕੁਛ ਪੜ੍ਹ ਕੇ ਕੁਛ ਬਣਨਗੇ, ਉਹਨਾਂ ਨੂੰ ਸਿਰਫ ਇੰਨਾ ਕੁ ਉਮੀਦ ਸੀਗੀ ਵੀ ਬੱਚਾ ਪੜ੍ਹ ਲਏ ਆਪਣੇ ਪੈਰਾਂ 'ਤੇ ਸਟੈਂਡ ਹੋ ਜੂਗਾ, ਉਹਨਾਂ ਨੂੰ ਇੰਨਾ ਨਹੀਂ ਪਤਾ ਸੀਗਾ ਵੀ ਬਾਹਰ ਅਮਰੀਕਾ ਚਲ ਜਾਣਗੇ। ਅਤੇ ਅੱਜ ਮੇਰੀ ਨਾਨੀ ਨਾਨਾ ਜੀ ਨੂੰ ਬਹੁਤ ਮਾਣ ਆ ਵੀ ਉਹ ਵੀ ਉਹਨਾਂ ਨੇ ਮੇਰੀ ਨਾਨਾ ਨਾਨੀ ਜੀ ਦੀ ਬਹੁਤ ਇੱਜ਼ਤ ਵਧਾਈ ਐਂਡ ਬਹੁਤ ਉਹਨਾਂ ਨੂੰ ਇੱਜ਼ਤ ਮਿਲੀ ਬਹੁਤ। ਸਰ ਮੇਰਾ ਸੁਪਨਾ ਵੀ ਮੈਂ ਵੀ ਪੈਰਾਂ 'ਤੇ ਸਟੈਂਡ ਹੋਵਾਂ, ਮੇਰਾ ਸੁਪਨਾ ਇਹ ਆ ਵੀ ਮੈਂ ਵੀ ਪੁਲਿਸ, ਛੋਟੀ ਜਿਹੀ ਸੁਪਨਾ ਦੇਖਿਆ ਸੀਗਾ ਵੀ ਮੈਂ ਪੁਲਿਸ ਬਣਾ। ਜੇਕਰ ਤੁਹਾਡੀ ਬਰਾਦਰੀ ਦੀ ਗੱਲ ਕੀਤੀ ਜਾਵੇ, ਉਹ ਬੱਚਿਆਂ ਨੂੰ ਬੜਾ ਪੜ੍ਹਾਉਂਦੇ ਲਿਖਾਉਂਦੇ ਨੇਗੇ, ਉਹਨਾਂ ਨੂੰ ਕੀ ਸੁਨੇਹਾ ਲਾਓਗੇ ਖਾਸ ਕਰਕੇ ਕੁੜੀਆਂ ਦੀ ਪੜ੍ਹਾਈ ਸੰਬੰਧੀ? ਸਰ ਮੈਂ ਉਹਨਾਂ ਨੂੰ ਕਹਿਣਾ ਚਾਹੁੰਦੀ ਹਾਂ ਵੀ ਪਲੀਜ਼ ਰਿਕੁਐਸਟ ਕਰਦੀ ਹਾਂ ਮੈਂ ਤੁਹਾਨੂੰ ਸਾਰਿਆਂ ਨੂੰ ਵੀ ਆਪਣੀ ਬਰਾਦਰੀ ਵਾਲਿਆਂ ਨੂੰ ਵੀ ਤੁਸੀਂ ਪਲੀਜ਼ ਆਪਣੀ ਬੇਟੀਆਂ ਨੂੰ ਪੜ੍ਹਾਓ ਲਿਖਾਓ, ਉਹਨਾਂ 'ਤੇ ਵਿਸ਼ਵਾਸ ਕਰੋ, ਉਹਨਾਂ ਨੂੰ ਆਜ਼ਾਦੀ ਦਿਓ ਵੀ ਜਾ ਤੂੰ ਆਪਣੀ ਜੋ ਵੀ ਜ਼ਿੰਦਗੀ 'ਚ ਬਣਨਾ ਚਾਹੁੰਦੀ ਹੈ ਪਲੀਜ਼ ਬਣ ਕੇ ਦਿਖਾ, ਪਰ ਸਾਨੂੰ ਪਲੀਜ਼ ਕਿਤੋਂ ਲਾਂਭਾ ਨਾ ਆਉਣਾ ਚਾਹੀਦਾ ਵੀ ਪਲੀਜ਼ ਆਪਣੇ ਪੈਰਾਂ 'ਤੇ ਸਟੈਂਡ ਹੋ ਕੇ ਦਿਖਾਓ। ਸੋ ਇਹ ਸੀ ਰਵੀਨਾ ਦਾ ਪਰਿਵਾਰ, ਮਾਤਾ ਪਿਤਾ ਨਾਲ ਤੁਹਾਡੀ ਮੁਲਾਕਾਤ ਕਰਵਾਈ। ਇੱਕ ਗੱਲ ਤਾਂ ਦੇਖੋ ਬਿਲਕੁਲ ਸਾਫ਼ ਹੈ ਵੀ ਪੜ੍ਹਾਈ ਇਨਸਾਨ ਨੂੰ ਉਸ ਮੁਕਾਮ 'ਤੇ ਜਾ ਕੇ ਬਿਠਾ ਦਿੰਦੀ ਆ ਵੀ ਜਿੱਥੇ ਸਾਰੇ ਉਹਨੂੰ ਸਲੂਟ ਮਾਰਨ ਲਈ ਤਿਆਰ ਹੁੰਦੇ ਨੇ। ਉਹੀ ਰਵੀਨਾ ਨੇ ਇੱਕ ਇੰਨਾ ਜ਼ਮੀਨੀ ਪੱਧਰ ਤੋਂ ਉੱਠ ਕੇ ਅਮੈਰੀਕਾ ਦੇ ਵਿੱਚ ਪੜ੍ਹਨਾ ਕੋਈ ਛੋਟੀ ਗੱਲ ਨਹੀਂ, ਜਿੱਥੇ ਅੱਜ ਲੋਕ ਲੱਖਾਂ ਕਰੋੜਾਂ ਰੁਪਏ ਚੱਕੀ ਫਿਰਦੇ ਨੇ ਬੱਚਿਆਂ ਦੇ ਬਾਹਰ ਜਾਣ ਲਈ। ਰਵੀਨਾ ਨੇ ਸਿਰਫ ਆਪਣੀ ਪੜ੍ਹਾਈ ਦੇ ਦਮ 'ਤੇ ਜਾ ਕੇ ਅਮੈਰੀਕਾ ਦੇ ਵਿੱਚ ਆਪਣੇ ਮਾਂ ਬਾਪ ਦਾ ਰੋਸ਼ਨ ਨਾਮ ਕੀਤਾ। ਉਮੀਦ ਕਰਦੇ ਹਾਂ ਜਿਹੜੇ ਲੋਕ ਮਤਲਬ ਕਿ ਇਹ ਖਬਰ ਦੇਖਣਗੇ, ਖਾਸ ਕਰਕੇ ਆਪਣੀਆਂ ਬੱਚਿਆਂ ਨੂੰ ਜ਼ਰੂਰ ਪੜ੍ਹਾਉਣਗੇ, ਕਿਉਂਕਿ ਪੜ੍ਹਾਈ ਹੀ ਸਿਰਫ ਇੱਕ ਐਸੀ ਚੀਜ਼ ਹੈ ਜਿਹੜੀ ਚੋਰੀ ਨਹੀਂ ਹੋ ਸਕਦੀ। ਕੈਮਰਾਮੈਨ ਰਣਜੀਤ ਦੇ ਨਾਲ ਕੁਲਦੀਪ ਸੱਗੂ, ਧੂਰੀ।